ਇਸ਼ੂ ਐਡ ਆਨ ਹੋ ਚੁੱਕੇ ਜਦੋਂ ਰਾਤ ਨੂੰ ਡਾਈਨਿੰਗ ਟੇਬਲ ਤੇ ਬੈਠ ਕੇ ਖਾਣਾ ਖਾਂਦੇ ਹੋ ਸਰ ਕਿਸ ਤਰ੍ਹਾਂ ਦੀ ਗੱਲਬਾਤ ਕਿਸ ਤਰ੍ਹਾਂ ਦਾ ਮਜ਼ਾਕ ਔਰ ਮਾਹੌਲ ਜਿਹੜਾ ਹੈ ਉਹ ਬਦਲਾਅ ਆਇਆ ਘਰ ਦੇ ਵਿੱਚ ਦੇਖੋ ਇੱਕ ਤਾਂ ਪੁਖਰਾਜ ਜੀ ਹੁਣਾਂ ਦੀ ਆਦਤ ਆ ਪਤਨੀ ਅੱਜ ਕੱਲ ਸਾਰੇ ਯੰਗਸਟਰਸ ਦੀ ਆ ਵੀ ਉੱਡਦੇ ਬਹੁਤ ਲੇਟ ਨੇ ਉਹ ਤਾਂ ਵਿਆਹ ਤੋਂ ਪਹਿਲਾਂ ਹੀ ਲੇਟ ਉੱਡਦਾ ਸੀ ਬਹੁਤ ਹਾਂ ਸ਼ੂਟਿੰਗ ਹੋਵੇ ਅੱਜ ਤੜਕੇ 6 ਵਜੇ ਉਹਦੀ ਉਡੇਕਾਂ ਤੇਰੀਆਂ ਫਿਲਮ ਦੀ ਸ਼ੂਟਿੰਗ ਚੱਲ ਰਹੀ ਆ 6 ਵਜੇ 60 ਤੇ ਪਹੁੰਚ ਆਇਆ ਸੀ ਪਰ ਜਦੋਂ ਰਿਲੈਕਸ ਆ ਫਿਰ ਉਹਨੇ ਆਰਾਮ ਨਾਲ ਮਸਤੀ ਨਾਲ ਉੱਠਣਾ ਸੋ ਟੇਬਲ ਤੇ ਵੈਰੀ ਰੇ ਆ ਉਦਾਂ ਕਦੇ ਬਾਹਰ ਚਲੇ ਕੇ ਖਾਣਾ ਖਾਣ ਕਿਤੇ ਫੰਕਸ਼ਨ ਤੇ ਇਕੱਠੇ ਚਲੇ ਗਏ ਉੱਥੇ ਇਕੱਠੇ ਹੁੰਦੇ ਰਹਿੰਦੇ ਆ ਜਾਂ ਦਿਨ ਚ ਇੱਕ ਅਦਾ ਡੰਗ ਇਕੱਠੇ ਵੀ ਹੋ ਸਕਦਾ ਕਦੇ ਰਾਤ ਨੂੰ ਆਇਆ ਤੇ ਇਹਨਾਂ ਦੀ ਆਪਣੀ ਡਾਈਟ ਹੁੰਦੀ ਆ ਬੱਚਿਆਂ ਦੀ ਮੈਂ ਜਿਮ ਕਰਕੇ ਆ ਨਹੀਂ ਖਾਣਾ ਜੀ ਮੈਂ ਔਨ ਲੈਣਾ ਮੈਂ ਇਹ ਖਾਣਾ ਸਾਨੂੰ ਹੁੰਦਾ ਵੀ ਖਾਂਦਾ ਪੀਂਦਾ ਤਾਂ ਹੈ ਨਹੀਂ ਕਦ ਲਈ ਇਹਨਾਂ ਨੂੰ ਬਿਠਾਉਣਾ ਇੱਥੇ ਧੱਕੇ ਨਾਲ ਪਰ ਕਈ ਕਦੀ ਦਰਸ਼ਕਾਂ ਤੋਂ ਵੀ ਕਮੈਂਟ ਬੜੇ ਪਿਆਰੇ ਪਿਆਰੇ ਸਾਨੂੰ ਮਿਲਦੇ ਆ ਹੁਣ ਇੱਕ ਦਾ ਆ ਮੈਨੂੰ ਪੁਖਰਾਜ ਦੇ ਵਿਆਹ ਤੋਂ ਬਾਅਦ ਪੱਲਾ ਜੀ ਸੱਚ ਦੱਸੋਗੇ ਇਹ ਗੱਲ ਪੁੱਛਾਂ ਮੈਂ ਕਿਹਾ ਪੁੱਛੋ ਝੂਠ ਨਾ ਬੋਲੇ ਮੈਂ ਕਿਹਾ ਕਹਿੰਦਾ ਵਿਆਹ ਤੋਂ ਬਾਅਦ ਕਿੰਨੀ ਵਾਰੀ ਆਪਣੀ ਨੋ ਨੂੰ ਤੁਸੀਂ ਕਹਿਆ ਕੁੜੀਏ ਮੇਰੀ ਦਾਲ ਚ ਘਿਓ ਪਾ ਦੇ ਬਟ ਐ ਨਾਈਸ ਹੈ ਨਾ ਆ ਐਸੇ ਕਮੈਂਟ ਅਸੀਂ ਰੈਲਿਸ਼ ਕਰਦੇ ਆ ਜਿਹੜੇ ਵਧੀਆ ਕਮੈਂਟ ਸਾਨੂੰ ਦਰਸ਼ਕ ਈਵਨ ਮੇਰੇ ਤੁਸੀਂ ਦੇਖੋ ਕੋਈ ਆਰਟਿਸਟ ਨਹੀਂ ਹੋਣਾ ਮੇਰੇ ਖਿਆਲ ਮੈਂ ਸ਼ਰਤਾਂ ਨਹੀਂ ਲਾਉਂਦਾ ਜਿਹੜਾ ਕਿਸੇ ਦੇ ਕਮੈਂਟਸ ਦਾ ਜਵਾਬ ਦਿੰਦਾ ਹੋਵੇ ਮੈਂ ਆਪਣੇ ਸਾਰੇ ਫੈਨਸ ਦੇ ਵਾਹ ਲੱਗਦਾ ਜਵਾਬ ਦੰਨਾ ਉਹ ਮੈਨੂੰ ਆਪ ਪਈਆ ਕੋਵਿਡ ਤੋਂ ਵੀਰ ਵੇਲੇ ਸੀ ਵੀ ਕਿਉਂ ਨਹੀਂ ਤੁਸੀਂ ਦਰਸ਼ਕਾਂ ਨੂੰ ਨਾਲ ਜੋੜਦੇ ਬਿਲਕੁਲ ਜੇ ਤੁਸੀਂ ਵਿਹਲੇ ਬੈਠੇ ਹੋ ਘਰੇ ਜੇ ਉਹ ਤੁਹਾਨੂੰ ਪਿਆਰ ਕਰਦੇ ਆ ਤੁਹਾਡੀਆਂ ਫਿਲਮਾਂ ਦੇਖਦੇ ਆ ਜਾਂ YouTube ਤੇ ਦੇਖਦੇ ਆ ਕਿਤੇ ਦੇਖਦੇ ਆ ਜੇ ਤੁਸੀਂ ਉਹਨਾਂ ਦੇ ਦੋ ਜਵਾਬ ਦੇ ਦੋਗੇ ਤੁਹਾਨੂੰ ਦੁੱਗਣਾ ਪਿਆਰ ਕਰਨਗੇ ਉਹ